ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ TMB YouTube ਚੈਨਲ ਤੇ Facebook ਪੇਜ ਤੇ। ਹਾਜ਼ਰ ਹੋਏ ਆ ਮੰਡੀਆਂ ਦੇ ਨਵੇਂ ਰੇਟ ਲੈ ਕੇ। ਬਾਸਮਤੀ ਦੇ ਰੇਟਾਂ ਵਿੱਚ ਲਗਾਤਾਰ ਤੇਜ਼ੀ ਬਣੀ ਹੋਈ ਹੈ। ਅੱਜ 11-21 ਦੇ ਰੇਟ 4800 ਦੇ ਕਰੀਬ ਪਹੁੰਚ ਚੁੱਕੇ ਆ ਤੇ ਮੁੱਛਲ ਦੇ ਰੇਟਾਂ ਵਿੱਚ ਵੀ ਅੱਜ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। ਫਿਰ ਤੋਂ 5000 ਦੇ ਕਰੀਬ ਮੁੱਛਲ ਦੇ ਰੇਟ ਵੀ ਪਹੁੰਚ ਚੁੱਕੇ ਆ। ਸੋ ਦੇਖਦੇ ਹਾਂ ਕੀ ਰੇਟ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ ਕਪਾਹ ਅਤੇ ਬਾਸਮਤੀ ਦੇ ਚੱਲ ਰਹੇ ਆ। ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ। ਅਗਰ ਇਹ ਵੀਡੀਓ ਫੇਸਬੁੱਕ 'ਤੇ ਵੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹਰ ਰੋਜ਼ ਮੰਡੀਆਂ ਦੇ ਨਵੇਂ ਰੇਟਾਂ ਦੇ ਬਾਰੇ ਅਪਡੇਟ ਮਿਲਦੀ ਰਹੇ। ਸ਼ੁਰੂਆਤ ਕਰਦੇ ਹਾਂ ਕੋਟਕਪੂਰਾ ਮੰਡੀ ਤੋਂ। ਇੱਥੇ ਅੱਜ ਬਾਸਮਤੀ 11-21 4000 ਰੁਪਏ ਤੋਂ ਲੈ ਕੇ 4790 ਰੁਪਏ ਤੱਕ ਵਿਕਿਆ। ਲਗਭਗ 4800 ਦੇ ਕਰੀਬ ਅੱਜ ਇੱਥੇ 11-21 ਦੇ ਰੇਟ ਪਹੁੰਚ ਚੁੱਕੇ ਆ। 17-18 4900 ਰੁਪਏ ਤੋਂ ਲੈ ਕੇ 4545 ਰੁਪਏ ਤੱਕ ਵਿਕਿਆ ਅਤੇ 1509 ਦਾ ਰੇਟ 4000 ਰੁਪਏ ਕੁਇੰਟਲ ਰਿਹਾ। ਮਦਲੋਦਾ ਮੰਡੀ ਦੇ ਵਿੱਚ 11-21 4650 ਰੁਪਏ ਵਿਕਿਆ ਅਤੇ 17-18 ਦਾ ਰੇਟ 4550 ਰੁਪਏ ਕੁਇੰਟਲ ਰਿਹਾ। ਤਰਨ ਤਾਰਨ ਮੰਡੀ ਦੇ ਵਿੱਚ ਬਾਸਮਤੀ 11-21 4475 ਰੁਪਏ ਤੋਂ ਲੈ ਕੇ 4752 ਰੁਪਏ ਤੱਕ ਵਿਕਿਆ ਅਤੇ 17-18 ਦਾ ਰੇਟ 4300 ਰੁਪਏ ਤੋਂ ਲੈ ਕੇ 4330 ਰੁਪਏ ਕੁਇੰਟਲ ਰਿਹਾ। 1509 4031 ਰੁਪਏ ਵਿਕਿਆ। ਰਤੀਆ ਮੰਡੀ ਦੇ ਵਿੱਚ ਅੱਜ ਮੁੱਛਲ ਦੇ ਰੇਟਾਂ ਵਿੱਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇੱਥੇ ਅੱਜ 1401 5900 ਰੁਪਏ ਤੱਕ ਵਿਕਿਆ। ਫਿਰ ਤੋਂ ਜਿਹੜੇ ਰੇਟ 5000 ਦੇ ਕਰੀਬ ਮੁੱਛਲ ਦੇ ਪਹੁੰਚ ਚੁੱਕੇ ਆ। 17-18 4300 ਰੁਪਏ ਵਿਕਿਆ। ਗਿੱਦੜਬਾਹਾ ਮੰਡੀ ਦੇ ਵਿੱਚ 11-21 4950 ਰੁਪਏ ਤੋਂ ਲੈ ਕੇ 4400 ਰੁਪਏ ਤੱਕ ਵਿਕਿਆ ਅਤੇ 17-18 ਦਾ ਰੇਟ 3800 ਰੁਪਏ ਤੋਂ ਲੈ ਕੇ 4200 ਰੁਪਏ ਕੁਇੰਟਲ ਰਿਹਾ। ਮੁੱਛਲ 1401 4715 ਰੁਪਏ ਵਿਕਿਆ ਅਤੇ ਨਰਮੇ ਦਾ ਰੇਟ 7800 ਰੁਪਏ ਤੋਂ ਲੈ ਕੇ 8380 ਰੁਪਏ ਕੁਇੰਟਲ ਰਿਹਾ। ਮਲੋਟ ਮੰਡੀ ਦੇ ਵਿੱਚ 11-21 4400 ਰੁਪਏ ਵਿਕਿਆ ਅਤੇ 17-18 ਦਾ ਰੇਟ 4200 ਰੁਪਏ ਕੁਇੰਟਲ ਰਿਹਾ। ਗੁਹਾਣਾ ਮੰਡੀ ਦੇ ਵਿੱਚ 11-21 3800 ਰੁਪਏ ਤੋਂ ਲੈ ਕੇ 4651 ਰੁਪਏ ਤੱਕ ਵਿਕਿਆ ਅਤੇ 17-18 ਦਾ ਰੇਟ 3600 ਰੁਪਏ ਤੋਂ ਲੈ ਕੇ 4400 ਰੁਪਏ ਕੁਇੰਟਲ ਰਿਹਾ। ਹਰਿਆਣੇ ਦੀ ਸਿਰਸਾ ਮੰਡੀ ਦੇ ਵਿੱਚ ਮੁੱਛਲ 1401 4891 ਰੁਪਏ ਤੱਕ ਵਿਕਿਆ ਅਤੇ PB1 ਦਾ ਰੇਟ 4605 ਰੁਪਏ ਕੁਇੰਟਲ ਰਿਹਾ। ਨਰਮਾ 8211 ਰੁਪਏ ਵਿਕਿਆ ਅਤੇ ਕਪਾਹ ਦਾ ਰੇਟ 9576 ਰੁਪਏ ਕੁਇੰਟਲ ਰਿਹਾ। ਕਰਨਾਲ ਮੰਡੀ ਦੇ ਵਿੱਚ 11-21 3700 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਵਿਕਿਆ ਅਤੇ 17-18 ਦਾ ਰੇਟ 3500 ਰੁਪਏ ਤੋਂ ਲੈ ਕੇ 3900 ਰੁਪਏ ਕੁਇੰਟਲ ਰਿਹਾ। ਫਾਜ਼ਿਲਕਾ ਮੰਡੀ ਦੇ ਵਿੱਚ 11-21 4421 ਰੁਪਏ ਤੱਕ ਵਿਕਿਆ। ਦਿੱਲੀ ਦੇ ਨਰੇਲਾ ਮੰਡੀ ਦੇ ਵਿੱਚ 11-21 3850 ਰੁਪਏ ਤੋਂ ਲੈ ਕੇ 4400 ਰੁਪਏ ਤੱਕ ਵਿਕਿਆ ਅਤੇ 17-18 ਦਾ ਰੇਟ 3700 ਰੁਪਏ ਤੋਂ ਲੈ ਕੇ 4300 ਰੁਪਏ ਕੁਇੰਟਲ ਰਿਹਾ। 1509 4125 ਰੁਪਏ ਵਿਕਿਆ ਅਤੇ ਸ਼ਰਬਤੀ ਦਾ ਰੇਟ 3125 ਰੁਪਏ ਕੁਇੰਟਲ ਰਿਹਾ। ਹਾਂਸੀ ਮੰਡੀ ਦੇ ਵਿੱਚ ਅੱਜ 11-21 4653 ਰੁਪਏ ਤੱਕ ਵਿਕਿਆ ਅਤੇ 17-18 ਦਾ ਰੇਟ 4470 ਰੁਪਏ ਕੁਇੰਟਲ ਰਿਹਾ। ਨਰਵਾਣਾ ਮੰਡੀ ਦੇ ਵਿੱਚ 11-21 4000 ਰੁਪਏ ਤੋਂ ਲੈ ਕੇ 4550 ਰੁਪਏ ਤੱਕ ਵਿਕਿਆ ਅਤੇ 17-18 ਦਾ ਰੇਟ 3700 ਰੁਪਏ ਤੋਂ ਲੈ ਕੇ 4540 ਰੁਪਏ ਕੁਇੰਟਲ ਰਿਹਾ। ਟੋਹਾਣਾ ਮੰਡੀ ਦੇ ਵਿੱਚ ਬਾਸਮਤੀ 17-18 4400 ਰੁਪਏ ਤੱਕ ਵਿਕਿਆ ਅਤੇ 1509 ਦਾ ਰੇਟ 4030 ਰੁਪਏ ਕੁਇੰਟਲ ਰਿਹਾ। ਮੁੱਛਲ 1401 4865 ਰੁਪਏ ਤੱਕ ਵਿਕਿਆ। ਜੀਂਦ ਮੰਡੀ ਦੇ ਵਿੱਚ 11-21 4255 ਰੁਪਏ ਵਿਕਿਆ ਅਤੇ 17-18 ਦਾ ਰੇਟ 4400 ਰੁਪਏ ਕੁਇੰਟਲ ਰਿਹਾ। ਫਤਿਹਾਬਾਦ ਮੰਡੀ ਦੇ ਵਿੱਚ ਮੁੱਛਲ 1401 4895 ਰੁਪਏ ਤੱਕ ਵਿਕਿਆ ਅਤੇ PB1 ਦਾ ਰੇਟ 4565 ਰੁਪਏ ਕੁਇੰਟਲ ਰਿਹਾ। ਨਰਮਾ 8320 ਰੁਪਏ ਤੱਕ ਵਿਕਿਆ ਅਤੇ ਕਪਾਹ ਦਾ ਰੇਟ 9350 ਰੁਪਏ ਕੁਇੰਟਲ ਰਿਹਾ। ਰਾਜਸਥਾਨ ਦੀ ਅਨੂਪਗੜ੍ਹ ਮੰਡੀ ਦੇ ਵਿੱਚ ਅੱਜ ਨਰਮੇ ਨੇ ਚੰਗੀ ਤੇਜ਼ੀ ਦਿਖਾਈ ਆ। ਇੱਥੇ ਅੱਜ ਨਰਮਾ 8639 ਰੁਪਏ ਤੱਕ ਵਿਕਿਆ। ਬਰਵਾਲਾ ਮੰਡੀ ਦੇ ਵਿੱਚ ਨਰਮੇ ਦਾ ਰੇਟ 7711 ਰੁਪਏ ਰਿਹਾ ਅਤੇ ਕਪਾਹ 9600 ਰੁਪਏ ਤੱਕ ਵਿਕੀ। ਪੰਜਾਬ ਦੀ ਅਬੋਹਰ ਮੰਡੀ ਦੇ ਵਿੱਚ ਨਰਮਾ 8270 ਰੁਪਏ ਵਿਕਿਆ ਅਤੇ ਮਾਨਸਾ ਮੰਡੀ ਦੇ ਵਿੱਚ ਨਰਮੇ ਦਾ ਰੇਟ 8315 ਰੁਪਏ ਕੁਇੰਟਲ ਰਿਹਾ। ਆਦਮਪੁਰ ਮੰਡੀ ਦੇ ਵਿੱਚ ਨਰਮਾ 8340 ਰੁਪਏ ਵਿਕਿਆ ਅਤੇ ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਰੇਟ 8258 ਰੁਪਏ ਕੁਇੰਟਲ ਰਿਹਾ। ਕਪਾਹ 9650 ਰੁਪਏ ਵਿਕੀ। ਪੱਟੂ ਮੰਡੀ ਦੇ ਵਿੱਚ ਨਰਮਾ 8241 ਰੁਪਏ ਤੱਕ ਵਿਕਿਆ। ਰਾਜਸਥਾਨ ਦੀ ਹਨੂਮਾਨਗੜ੍ਹ ਮੰਡੀ ਦੇ ਵਿੱਚ ਨਰਮੇ ਦਾ ਰੇਟ 8245 ਰੁਪਏ ਰਿਹਾ ਅਤੇ ਰਾਵਤਸਰ ਮੰਡੀ ਦੇ ਵਿੱਚ ਨਰਮਾ 8205 ਰੁਪਏ ਕੁਇੰਟਲ ਵਿਕਿਆ। ਸੰਗਰੀਆ ਮੰਡੀ ਦੇ ਵਿੱਚ ਨਰਮੇ ਦਾ ਰੇਟ 8115 ਰੁਪਏ ਕੁਇੰਟਲ ਰਿਹਾ। ਸੋ ਕਿਸਾਨ ਵੀਰੋ, ਅਸੀਂ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ ਕਪਾਹ ਅਤੇ ਬਾਸਮਤੀ ਦੇ ਰੇਟ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਫਿਰ ਹਾਜ਼ਰ ਹੋਵਾਂਗੇ ਮੰਡੀਆਂ ਦੇ ਨਵੇਂ ਰੇਟ ਲੈ ਕੇ। ਧੰਨਵਾਦ।